ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਆਨਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਾਸ਼ਟ੍ਰੀਕਾਲ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਤੁਹਾਡੇ ਨਾਲ ਬਰਨ ਕੌਰ ਮਾਨ ਪਹਿਲਾਂ ਨਜ਼ਰ ਪਾਉਂਦੇ ਹਾਂ ਕੁਝ ਖਾਸ ਖਬਰਾਂ ਤੇ। ਯੂਐਸਏ ਦੇ ਗ੍ਰੀਨ ਕਾਰਡਾਂ ਤੋਂ ਬਿਨਾਂ ਚੀਨੀ ਨਾਗਰਿਕ ਫਲੋਰੀਡਾ 'ਚ ਨਹੀਂ ਖਰੀਦ ਸਕਣਗੇ ਜਾਇਦਾਦ। ਚੰਡੀਗੜ੍ਹ 'ਚ ਹੁਣ ਹਵਾਈ ਅੱਡੇ ਨੂੰ ਬੰਬ ਨਾਲ ਅਡਾਉਣ ਦੀ ਤੰਕੀ ਸਖਤ ਕੀਤੀ ਗਈ ਸੁਰੱਖਿਆ। ਮਾਲਦੀਵ ਦੇ ਵਿੱਚ ਭਾਰਤੀ ਸੈਲਾਨੀਆਂ ਦੀ ਗਿਣਤੀ 2.5% ਦੀ ਘਟੀ। ਵਿਦੇਸ਼ ਤੋਂ ਆਈ ਮੰਦਪਾਗੀ ਖਬਰ, ਮਾਲਕ ਦੀ ਬਹਿਰੈਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ। ਜਾਲੀ ਪਾਸਪੋਰਟ ਲੈ ਕੇ ਚੱਲਦਾ ਸੀ ਵਿਦੇਸ਼ ਦਿੱਲੀ 에어ਪੋਰਟ ਤੋਂ 24 ਸਾਲਾ ਨੌਜਵਾਨ ਬਜ਼ੁਰਗ ਬਣ ਕੇ ਜਾ ਰਿਹਾ ਸੀ ਕੈਨੇਡਾ। ਅਮਰੀਕੀ ਸਦਨ ਵਿਖੇ ਹੋਇਆ ਅਰਦਾਸ ਸਮਾਗਮ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਕਈ ਸਾਰੀਆਂ ਖਬਰਾਂ ਅਮਰੀਕਾ ਦੇ ਸੂਬੇ ਫਲੋਰੀਡਾ ਨੇ ਯੂਐਸਏ ਦੇ ਗ੍ਰੀਨ ਕਾਰਡ ਤੋਂ ਬਿਨਾਂ ਚੀਨੀ ਨਾਗਰਿਕ ਫਲੋਰੀਡਾ ਵਿੱਚ ਜਾਇਦਾਦ ਨਹੀਂ ਖਰੀਦ ਸਕਣਗੇ ਫਲੋਰੀਡਾ 'ਚ ਇਸ ਨਵੇਂ ਨਿਯਮ ਤੋਂ ਚੀਨੀ ਵਰਗ ਦੇ ਲੋਕ ਨਾਰਾਜ਼ ਨੇ ਜਿਸਤੇ ਫਲੋਰੀਡਾ ਨੇ 18 ਜੂਨ ਨੂੰ ਦਸਤਖਤ ਕੀਤੇ ਸੀ ਜੋ ਉਹਨਾਂ ਲਈ ਰਾਜ ਵਿੱਚ ਜਾਇਦਾਦ ਦਾ ਖਰੀਦਣਾ ਮੁਸ਼ਕਲ ਹੈ ਨਿਯਮ ਦੇ ਨਤੀਜੇ ਵਜੋਂ ਰਾਜ ਦੀ ਨਸਲੀ ਚੀਨੀ ਆਵਾਦੀ ਵਿੱਚ ਚਿੰਤਾਵਾਂ ਅਤੇ ਗਲਤਫਹਿਮੀ ਵੱਧ ਗਈ ਸੀ ਜੋ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਸਾਲ ਵਿੱਚ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚਕਾਰ ਵਧੇ ਤਣਾ ਨੂੰ ਉਜਾਗ ਕਰ ਕਰਦਿਆਂ ਸਨ ਕੁਝ ਫਲੋਰੀਡਾ ਰਾਜ ਨੂੰ ਪੂਰੀ ਤਰ੍ਹਾਂ ਛੱਡਣ ਵਾਲੇ ਵੀ ਵਿਚਾਰ ਕਰ ਰਹੇ ਨੇ 1 ਜੁਲਾਈ 2023 ਨੂੰ ਸੈਨੇਟ ਬਿਲ 2064 ਦੇ ਲਾਗੂ ਹੋਣ ਤੋਂ ਬਾਅਦ ਫਲੋਰੀਡਾ ਵਿੱਚ ਗ੍ਰੀਨ ਕਾਰਡ ਤੋਂ ਬਿਨਾਂ ਜਾਇਦਾਦ ਖਰੀਦਣਾ ਇੱਕ سنگੀਨ ਜੁਰਮ ਰਿਹਾ ਹੈ ਜਿਸ ਵਿੱਚ ਚੀਨੀ ਨਾਗਰਿਕਾਂ ਲਈ ਜੇਲ੍ਹ ਦੀ ਮਿਆਦ ਦੀ ਸੰਭਾਵਨਾ ਰੱਖੀ ਗਈ ਹੈ ਰੀਅਲ ਅਸਟੇਟ ਏਜੰਟਾਂ ਅਤੇ ਵੇਚਣ ਵਾਲਿਆਂ ਨੂੰ ਇਸ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸੇ ਵੀ ਵਿਅਕਤੀ ਜੋ ਪੀਪਲਜ਼ ਰਿਪਬਲਿਕ ਆਫ ਚਾਈਨਾ ਵਿੱਚ ਵੱਸਿਆ ਹੋਇਆ ਹੈ ਤੇ ਜੋ ਸੰਯੁਕਤ ਰਾਜ ਦਾ ਨਾਗਰਿਕ ਜਾ ਕਾਨੂੰਨੀ ਸਥਾਈ ਨਿਵਾਸੀ ਨਹੀਂ ਹੈ ਉਸ ਲਈ ਅਸਲ ਜਾਇਦਾਦ ਦੀ ਖਰੀਦ ਜਾਂ ਪ੍ਰਾਪਤੀ ਤੇ ਇਹ ਕਾਨੂੰਨ ਪਾਬੰਦੀ ਲਗਾਉਂਦਾ ਹੈ ਹਾਲਾਂਕਿ ਕਾਨੂੰਨ ਵਿੱਚ ਨਿਵਾਸ ਸ਼ਬਦ ਨੂੰ ਬਿਲਕੁਲ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਇਹ ਬਿੱਲ ਚੀਨੀ ਨਾਗਰਿਕਾਂ ਨੂੰ ਰਾਜ ਵਿੱਚ ਜਾਇਦਾਦ ਖਰੀਦਣ ਤੋਂ ਬਿਨਾਂ ਸਥਾਈ ਨਿਵਾਸ ਦਾ ਦਰਜਾ ਦੇਣ ਦੀ ਮਨਾਹੀ ਵੀ ਕਰਦਾ ਹੈ ਪਿਛਲੇ ਸਾਲ ਇੱਕ ਬਿਆਨ ਦੇ ਵਿੱਚ ਗਵਰਨਰ ਡੀਸੈਂਟਸ ਨੇ ਕਿਹਾ ਫਲੋਰੀਡਾ ਸੰਯੁਕਤ ਰਾਜ ਦੇ ਸਭ ਤੋਂ ਵੱਡੇ ਭੂ ਰਾਜਨੀਤਿਕ ਖਤਰੇ ਅਤੇ ਚੀਨੀ ਕਮਿਨਿਸਟ ਪਾਰਟੀ ਦੇ ਵਿਰੁੱਧ ਖੜੇ ਹੋਣ ਦੇ ਲਈ ਕਾਰਵਾਈ ਕਰ ਰਿਹਾ ਹਾਂ ਕਈ ਹੋਰ ਅਮਰੀਕਾ ਰਾਜ ਵੀ ਇਨ੍ਹਾਂ ਲੀਹਾਂ ਤੇ ਕਾਨੂੰਨ ਬਣਾਉਣ ਤੇ ਵਿਚਾਰ ਕਰ ਰਹੇ ਨੇ ਕਾਨੂੰਨ ਦੇ ਪਾਸਟ ਹੋਣ ਦੇ ਨਾਲ ਹੀ ਸੰਯੁਕਤ ਰਾਜ ਅਤੇ ਚੀਨ ਦੇ ਤਣਾਅਪੂਰਨ ਸਬੰਧ ਬਣ ਗਏ ਨੇ ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਨੁਸਾਰ ਸੰਯੁਕਤ ਰਾਜ ਵਿੱਚ ਵਿਦੇਸ਼ੀ ਕਬਜ਼ੇ ਵਾਲੀ ਜ਼ਮੀਨ ਦਾ 1 ਫੀਸਦੀ ਤੋਂ ਘੱਟ ਹਿੱਸਾ ਚੀਨ ਦੀ ਮਲਕੀਅਤ ਹੈ ਜਿਸ ਤੇ ਕਬਜ਼ੇ ਦੇ ਵਿੱਚ 345 422 ਏਕੜ ਖੇਤੀਬਾੜੀ ਅਤੇ ਗੈਰ ਖੇਤੀ ਜ਼ਮੀਨ ਸ਼ਾਮਲ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਨੂੰ ਅਡਾਉਣ ਦੀ ਧਮਕੀ ਤੋਂ ਕਰੀਬ ਹਫਤੇ ਬਾਅਦ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਇਸ ਤੋਂ ਬਾਅਦ ਹਵਾਈ ਅੱਡੇ ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਬੁੱਧਵਾਰ ਸਵੇਰੇ 4:50 ਮਿੰਟ ਤੇ 에어ਪੋਰਟ ਅਥਾਰਟੀ ਨੂੰ ਧਮਕੀ ਭਰੀ ਈਮੇਲ ਮਿਲੀ ਸੀ ਈਮੇਲ ਚ ਬਾਗ ਦੇ ਅੰਦਰ ਉਪਕਰਣ ਲੁਕੇ ਹੋਣ ਦੀ ਗੱਲ ਕਹੀ ਗਈ ਸੀ ਦੋ ਬੰਬਾਂ ਦਾ ਜ਼ਿਕਰ ਕੀਤਾ ਗਿਆ ਸੀ ਮੋਹਾਲੀ ਪੁਲਿਸ ਤੇ ਸੀਆਈਐਸਐਫ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਸਾਂਝੀ ਚੈਕਿੰਗ ਮੁਹਿੰਮ ਚਲਾਈ ਗਈ ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਈਮੇਲ ਤੋਂ ਬਾਅਦ ਸੀਆਈਐਸਐਫ ਤੇ ਮੁਹਾਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਈਮੇਲ ਮਿਲਣ ਤੋਂ ਬਾਅਦ 에ਅਰਪੋਰਟ ਅਥਾਰਟੀ ਤੁਰੰਤ ਹਰਕਤ ਵਿੱਚ ਆਈ ਤੇ ਫਲਾਈਟ ਆਪਰੇਸ਼ਨ ਬੰਦ ਕਰਕੇ ਯਾਤਰੀਆਂ ਦੇ ਨਾਲ ਨਾਲ ਇਮਾਰਤ ਵਿੱਚ ਚੈਕਿੰਗ ਕੀਤੀ ਗਈ ਯਾਤਰੀਆਂ ਉਹਨਾਂ ਦੇ ਸਮਾਨ ਅਤੇ ਬੈਗਪੈਕ ਦੀ ਜਾਂਚ ਕੀਤੀ ਗਈ ਇਸ ਕਾਰਨ ਕੁਝ ਉਡਾਣਾਂ ਤੈਅ ਸਮੇਂ ਤੋਂ ਵੇਟ ਹੋ ਗਈਆਂ ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਬੰਬਈ ਤੋਂ ਦੋ ਜਹਾਜ਼ ਦਿੱਲੀ ਕੋਲਕਾਤਾ ਤੇ ਅਹਮਦਾਬਾਦ ਦੇ ਜਹਾਜ਼ 2 ਤੋਂ 25 ਮਿੰਟ ਦੇਰੀ ਨਾਲ ਉੱਡੇ ਇੱਕ ਹਫਤੇ ਅੰਦਰ ਚੰਡੀਗੜ੍ਹ ਸ਼ਹਿਰ ਵਿੱਚ ਧਮਕੀ ਭਰਿਆ ਪੱਤਰ ਤੇ ਦੋ ਈਮੇਲ ਪ੍ਰਾਪਤ ਹੋਈ ਨੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ 12 ਜੂਨ ਨੂੰ ਸੈਕਟਰ 32 ਸਥਿਤ ਮੈਂਟਲ ਹੈਲਥ ਇੰਸਟੀਚਿਊਟ ਨੂੰ ੜਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਸੀ ਉਸ ਵਿੱਚ ਲਿਖਿਆ ਸੀਗਾ ਕਿ ਹਸਪਤਾਲ ਅੰਦਰ ਬੰਬ ਰੱਖੇ ਗਏ ਸਨ ਉਹ ਜਲਦੀ ਫਟ ਜਾਣਗੇ ਤੇ ਤੁਸੀਂ ਸਾਰੇ ਮਾਰੇ ਜਾਵੋਗੇ ਪੁਲਿਸ ਦੇ ਮੁਤਾਬਕ ਈਮੇਲਸ ਵੇਰੇ 9:40 ਤੇ ਆਈ ਮੇਲ ਦੇਖਣ ਤੋਂ ਬਾਅਦ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ 13 ਜੂਨ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਸਟੇਸ਼ਨ ਸੁਪਰੀਡੈਂਟ ਦੇ ਨਾਂ ਡਾਕ ਰਾਹੀਂ ਪੱਤਰ ਪ੍ਰਾਪਤ ਹੋਇਆ ਸੀ ਪੱਤਰ ਵਿੱਚ ਪੰਜਾਬ ਤੇ ਜੰਮੂ ਕਸ਼ਮੀਰ ਦੇ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਉਡਾਉਣ ਦੀ ਗੱਲ ਲਿਖੀ ਸੀ ਇਸ ਸਾਲ ਜੂਨ ਵਿੱਚ ਮਾਲ ਦੇ ਵਾਉਣ ਵਾਲੇ ਭਾਰਤੀ ਸਲਾਨੀਆਂ ਦੀ ਗਿਣਤੀ 'ਚ 2.5 ਫੀਸਦੀ ਦੀ ਕਮੀ ਆਈ ਹੈ। ਸਹਿਰਸਪਟਾ ਮੰਤਰਾਲਾ ਦੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ ਜੂਨ ਵਿੱਚ ਹੁਣ ਤੱਕ ਸਮੁੰਦਰੀ ਤੱਟ ਵਾਲੇ ਦੇਸ਼ ਵਿੱਚ 44000 ਸਿਫਰ 13 ਯਾਨੀ ਕਿ 44013 ਤੋਂ ਬਾਅਦ ਸਲਾਨੀ ਆ ਚੁੱਕੇ ਨੇ ਰਿਪੋਰਟ ਵਿੱਚ ਕਿਹਾ ਗਿਆ ਕਿ 1 ਜੂਨ ਤੋਂ 12 ਜੂਨ ਦੇ ਦਰਮਿਆਨ ਵਲਾਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੁੱਲ 44013 ਸਲਾਨੀਆਂ ਦਾ ਸਵਾਗਤ ਕੀਤਾ ਗਿਆ ਇਹ ਇਸ ਸਾਲ ਦੀ ਸ਼ੁਰੂਆਤ ਵਿੱਚ ਪਿਛਲੇ ਸਾਲ ਦੇ 854405 ਦੇ ਮੁਕਾਬਲੇ 9.6 ਫੀਸਦੀ ਦਾ ਵਾਧਾ ਅਤੇ 2022 ਦੇ 747183 ਤੋਂ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ ਵਿੱਚ ਹਰ ਦਿਨ ਔਸਤਨ ਲਗਭਗ 3668 ਸਲਾਨੀ ਆ ਰਹੇ ਨੇ ਅਤੇ ਸਲਾਨੀ 7 ਦਿਨਾਂ ਲਈ ਮਾਲਦੀਵ ਰਹਿ ਰਹੇ ਨੇ ਮਾਲਦੀਵ ਨੇ ਸਾਲ 2024 ਦੀ ਸ਼ੁਰੂਆਤ ਤੋਂ ਹੁਣ ਤੱਕ કુલ 936258 ਸਲਾਨੀਆਂ ਦਾ ਸਵਾਗਤ ਕੀਤਾ ਹੈ ਜਨਵਰੀ ਦੌਰਾਨ ਦੇਸ਼ ਨੇ 192385 ਸਲਾਨੀਆਂ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਫਰਵਰੀ ਵਿੱਚ 217392 ਮਾਰਚ ਵਿੱਚ 194227 ਅਪ੍ਰੈਲ ਵਿੱਚ 168364 ਅਤੇ ਇਚ 119875 ਸਲਾਨੀ ਮਾਲਦੀਵ ਦੇ ਵਾਏ ਸਾਲ 2024 ਹੁਣ ਤੱਕ ਰੋਜ਼ਾਨਾ ਔਸਤ 5709 ਹੈ ਅਤੇ ਸਲਾਨੀ ਔਸਤਨ 8 ਦਿਨਾਂ ਤੱਕ ਰਹਿ ਰਹੇ ਨੇ ਚੀਨ 60699 ਸਲਾਨੀਆਂ ਨਾਲ ਸਭ ਤੋਂ ਅੱਗੇ ਹੈ ਉਸ ਤੋਂ ਬਾਅਦ ਰੂਸ ਇਟਲੀ ਅਤੇ ਸੰਯੁਕਤ ਰਾਸ਼ਟਰ ਨੇ ਜੋ ਮਾਲਦੀਵ ਦੇ ਸੈਰ ਸਪਾਟੇ 'ਚ ਮਹੱਤਵਪੂਰਨ ਯੋਗਦਾਨ ਦੇ ਰਹੇ ਨੇ ਭਾਰਤ ਜੋ ਪਹਿਲੇ ਪਿਛਲੇ 3 ਸਾਲਾਂ ਤੋਂ ਸਲਾਨੀਆਂ ਦੇ ਸਵਾਗਤ ਆਮਕ ਸਰੋਤੀ 31437 ਆਮਦ ਨਾਲ 6ਵੇਂ ਸਥਾਨ ਤੇ ਆ ਗਿਆ ਹੈ ਦਸਤਨ ਯੋਗ ਹੈ ਕਿ ਮਜਬੂਤ ਇਤਿਹਾਸਕ ਅਤੇ ਸਾਂਸਕ੍ਰਿਤਿਕ ਸੰਬੰਧਾਂ ਵਾਲੇ ਭਾਰਤ ਅਤੇ ਮਾਲਦੀਵ ਵਿਚਾਲੇ ਸੰਬੰਧ ਜਨਵਰੀ 2024 ਚ ਮਾਲਦੀਵ ਦੇ ਕੈਬਨਿਟ ਮੰਤਰੀਆਂ ਦੀਆਂ અપਮਾਨਜਨਕ ਟਿੱਪਣੀਆਂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਭਾਰਤ ਤੇ ਨਸਲਵਾਦ ਤੇ ਚਿੰਤਾਵਾਂ ਤੋਂ ਬਾਅਦ ਤਣਾਅਪੂਰਨ ਹੋ ਗਏ ਹਨ। ਬੀਤੇ ਦਿਨੀ ਦੱਖਣੀ ਇਟਲੀ ਦੇ ਜ਼ਲਾ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਜਿਸ ਵਿੱਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਪੰਜਾਬ ਦੇ ਮੋਗਾ ਨਾਲ ਸੰਬੰਧਤ 21 ਸਾਲਾ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ। ਦੋਵੇਂ ਇੱਕ ਇਟਾਲੀਅਨ ਮਾਲਕ ਦੇ ਘਰ 'ਚ ਕੰਮ ਕਰਦੇ ਸੀ। ਕੰਮ ਕਰਦੇਆਂ ਵਾਪਰ ਇੱਕ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਹ ਕੱਟੀ ਗਈ ਸਰੀਰ ਨਾਲੋਂ ਵੱਖ ਹੋ ਗਈ। ਇਸ ਮਗਰੋਂ ਬਹਿਰਮ ਇਟਾਲੀਅਨ ਮਾਲਕ ਨੇ ਉਸਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਖੋਨ ਨਾਲ ਲੱਤਪੱਤ ਸਤਨਾਮ ਸਿੰਘ ਨੂੰ ਉਸਦੇ ਘਰ ਅੱਗੇ ਛੱਡ ਗਿਆ। ਪੀੜਤ ਸਤਨਾਮ ਸਿੰਘ ਦੀ ਬੁਰੀ ਹਾਲਤ ਦੇਖ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੀਰਾਂ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁੱਢਲੀ ਸਹਾਇਤਾ ਲਈ ਬੁਲਾਇਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਹੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇੱਕ ਵੱਡੇ ਹਸਪਤਾਲ ਪਹੁੰਚਾਇਆ ਗਿਆ। ਜ਼ਖਮਾਂ ਦੀ ਤਾਬਨਾ ਚਲਦਿਆਂ ਉਹ ਹਸਪਤਾਲ ਵਿੱਚ ਧੰਮ ਤੋੜ ਗਿਆ। ਇਸ ਅਣਹੋਣੀ ਦੀ ਜਾਣਕਾਰੀ ਮਿਲਦਈ ਸਤਨਾਮ ਸਿੰਘ ਦੀ ਪਤਨੀ ਦਾ ਰੋ ਰੋ ਕੇ ਪੁਰਾ ਹਾਲ ਹੈ। ਇਸ ਅਤਨੰਦਨਯੋਗ ਅਣਮਨੁੱਖੀ ਵਰਤਾਰੇ ਉੱਪਰ ਡੂੰਗਾ ਦੁੱਖ ਜ਼ਾਹਿਰ ਕਰਦਿਆਂ ਮਜ਼ਦੂਰਾਂ ਦੇ ਹੱਕ ਲਈ ਕੰਮ ਕਰਦਿਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨਾਲ ਜੋ ਵੀ ਵਾਪਰਿਆ ਇਹ ਬਹੁਤ ਮੰਦਭਾਗੀ ਘਟਨਾ ਹੈ ਉਹਨਾਂ ਨੇ ਕਿਹਾ ਕਿ ਸਤਨਾਮ ਸਿੰਘ ਦਾ ਇੱਕ ਕਤਲ ਹੋਇਆ ਹੈ ਜਿਸ ਲਈ ਉਸ ਦਾ ਮਾਲਕ ਕਸੂਰਬਾਰ ਹੈ ਜੇਕਰ ਉਸ ਵੇਲੇ ਸਿਰ ਮਤਲਬ ਕਿ ਜੇਕਰ ਉਹ ਵੇਲੇ ਸਿਰ ਸਤਨਾਮ ਸਿੰਘ ਨੂੰ ਹਸਪਤਾਲ ਪਹੁੰਚਾ ਦਿੰਦਾ ਸ਼ਾਇਦ ਅੱਜ ਉਹ ਜਿਉਂਦਾ ਹੁੰਦਾ ਮਜ਼ਦੂਰ ਜਥੇਬੰਦੀਆਂ ਮਰਿਤਕ ਸਤਨਾਮ ਸਿੰਘ ਨੂੰ ਇਨਸਾਫ ਦਿਵਾਉਣ ਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਿਵਾਉਣ ਦੇ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3 ਵਜੇ ਲਾਤੀਨਾ ਦੇ ਡੀਸੀ ਦਫ਼ਤਰ ਵਿਖੇ ਇੱਕ ਬਹੁਤ ਹੀ ਭਾਰੀ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਨੇ ਇਸ ਘਟਨਾ ਦੀ ਨਿਖੇਦੀ ਤੇ ਦੁੱਖ ਜ਼ਾਹਿਰ ਕਰਦੇ ਹਾਂ ਗੁਰਮੁਖ ਸਿੰਘ ਹਜ਼ਾਰਾ ਪ੍ਰਦਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਲਾਸੀਓ ਸੂਬੇ 'ਚ ਰਹਿਣ ਵਾਲੇ ਸਾਰੇ ਭਾਈਚਾਰੇ ਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਇਸ ਰੋਸ ਮਾਰਚ ਵਿੱਚ ਜ਼ਰੂਰ ਪਹੁੰਚਣ ਤਾਂ ਜੋ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਦਿਵਾਇਆ ਜਾ ਸਕੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ CISF ਨੇ ਇੱਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਜੋ ਕਿ 67 ਸਾਲ ਦਾ ਸੀਨੀਅਰ ਸਿਟੀਜ਼ਨ ਬਣ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਦਰਅਸਲ 18 ਜੂਨ ਨੂੰ ਕਰੀਬ 5:20 ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ਉਤੇ CISF ਦੇ ਜਵਾਨ ਨੇ ਟਰਮਨਲ 3 ਵਜੇ ਚੈੱਕ-ਇਨ ਖੇਤਰ 'ਚ ਇੱਕ ਯਾਤਰੀ ਨੂੰ ਪੁੱਛਗਿੱਛ ਤੇ ਲਈ ਰੋਕਿਆ ਪੁੱਛਗਿੱਛ ਕਰਨ ਤੇ ਉਸਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ ਹੈ ਪਾਸਪੋਰਟ ਵਿੱਚ ਉਸਦੀ ਜਨਮ ਮਿਤੀ 10/2/1957 ਦਰਜ ਸੀ ਉਸਦਾ ਜਨਮ ਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ ਜਦਕਿ ਮੂਲ ਤੌਰ ਤੇ ਲਖਨਾਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ ਉਕਤ ਵਿਅਕਤੀ ਰਾਤ 10:50 ਮਿੰਟ ਤੇ 에ਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ ਸੀਆਈਐਸਐਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ਤੇ ਪਤਾ ਲੱਗਾ ਕਿ ਉਸਦੀ ਉਮਰ ਪਾਸਪੋਰਟ 'ਤੇ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ ਉਸਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ ਨੇੜਿਓਂ ਜਾਂਚ ਕਰਨ ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਤੇ ਦਾੜੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸਨੇ ਬੁੱਢਾ ਦਿਖਣ ਦੇ ਲਈ ਐਨਕਾਂ ਵੀ ਲਗਾਈਆਂ ਹੋਈਆਂ ਸੀ ਅਮਰੀਕੀ ਸਦਨ ਦੇ ਹਾਊਸ ਆਫ ਰਿਪਰਿਜ਼ੈਂਟੇਟਿਵ ਵਿਖੇ ਇੱਕ ਖਾਸ ਸਮਾਗਮ ਦੇ ਦੌਰਾਨ ਸਿੱਖ ਕੌਮ ਦੇ ਦਿਲਦਰਬਾਰ ਸਾਹਿਬ ਅਤੇ ਹੋਰ ਗੁਰਦੁਆਰੇ ਸਹਿਬਾਨਾਂ ਉੱਪਰ ਭਾਰਤੀ ਫੌਜ ਵੱਲੋਂ ਹੋਏ ਹਮਲੇ ਜਿਸ ਨੂੰ ਤੀਜੇ ਕੱਲੂ ਕਾਰੇ ਵਜੋਂ ਯਾਦ ਕੀਤਾ ਜਾਂਦਾ ਹੈ ਉਸ ਦੀ 40ਵੀਂ ਬਰੇਗੰਡ ਮੌਕੇ ਅਰਦਾਸ ਸਮਾਗਮ ਕਰਕੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਅਮਰੀਕਨ ਸਿੱਖ ਕੋਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਤਾਜ਼ਾ ਕੀਤਾ ਗਿਆ। ਡਾਕਟਰ ਪ੍ਰਤਪਾਲ ਸਿੰਘ ਹਿੰਮਤ ਸਿੰਘ ਹਰਜਿੰਦਰ ਸਿੰਘ ਅਤੇ ਜਗਰਾਜ ਸਿੰਘ ਆਦ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਕੈਪੀਟਲ ਬਿਲਡਿੰਗ ਦੇ ਅੰਦਰ ਹੀ ਸਵੇਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਅਮਰੀਕਨ ਕਾਂਗਰਸਮੈਨ ਸ਼ਾਮਲ ਹੋਏ ਜਿਨ੍ਹਾਂ ਵਿੱਚ ਟੌਮ ਐਮਰਜ ਡੈਨ ਨਿਊ ਹਾਊਸ ਐਲ ਗ੍ਰੀਨ ਡੋਨਲਡ ਨੌਰਥਕ੍ਰੋਸ ਲੀਡ ਸੈਸ਼ਨਜ਼ ਮੈਰੀ ਤੇ ਨਾਲ ਦੇ ਨਾਲ ਜ਼ੈਫ ਐਂਡਰਿਊ ਬ੍ਰੈਂਡਨ ਖਾਸ ਤੌਰ ਤੇ ਪਹੁੰਚੇ ਸਨ ਸਾਰੇ ਅਮਰੀਕਨ ਕਾਂਗਰਸ ਮੈਂਬਰਾਂ ਅਤੇ ਅਮਰੀਕਾ ਭਰ ਤੋਂ ਪਹੁੰਚੇ ਹੋਏ ਸਿੱਖ ਲੀਡਰਾਂ ਨੇ 40 ਸਾਲ ਪਹਿਲਾਂ ਭਾਰਤੀ ਫੌਜ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨਾਂ ਤੇ ਹਮਲੇ ਅਤੇ ਅਣਗਿਣਤ ਬੇਗੁਨਾਹ ਸਿੱਖ ਸੰਗਤ ਦੀ ਬੇਰਹਿਮੀ ਨਾਲ ਕੀਤੀ ਕਤਲ ਗੁਰਾਤ ਲਈ ਭਾਰਤੀ ਫੌਜ ਅਤੇ ਸਰਕਾਰ ਦੀ ਭਾਰੀ ਨਖੇਦੀ ਕਰਦਿਆਂ ਰਾਜਕੀ ਲਾਂਤਾਂ ਪਾਈਆਂ ਤੇ ਇਸ ਨੂੰ ਸਿੱਖ ਕੌਮ ਦੇ ਲਈ ਨਾ ਭੁੱਲਣ ਯੋਗ ਵਰਤਾਰਾ ਦੱਸਿਆ ਤੀਜੇ ਕੱਲੂਕਾਰ ਦੇ 40 ਸਾਲ ਤੋ ਹੋ ਜਾਣ ਤੇ ਸਿੱਖ ਕੌਮ ਜਦੋਂ ਇਹ ਲੇਖਾ ਜੋਖਾ ਕਰਦੀ ਹੈ ਕਿ ਅੱਜ ਅਸੀਂ ਕਿੱਥੇ ਖੜੇ ਆਂ ਤਾਂ ਕੌਮਵਲ ਨੂੰ ਵੱਖ-ਵੱਖ ਟੰਗਾ ਨਾਲ ਆਪਣੀ ਆਵਾਜ਼ ਅਤੇ ਮੁੱਦਿਆਂ ਨੂੰ ਲਗਾਤਾਰ ਚੁੱਕੇ ਜਾਣ ਤੇ ਸੰਘਰਸ਼ ਦੀ ਲਗਾਤਾਰਤਾ ਬਣਾਈ ਰੱਖਣ ਦੇ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਹੋਰ ਜਥੇਬੰਦੀਆਂ ਜਿਵੇਂ ਅਮਰੀਕਨ ਸਿਕ ਕੌਕਸ ਕਮੇਟੀ ਨਾਲ ਮਿਲ ਕੇ ਹਮੇਸ਼ਾ ਸਿੱਖ ਸਰੋਕਾਰਾਂ ਲਈ ਯਤਨਸ਼ੀਲ ਰਹਿੰਦੀ ਹੈ ਇਸੇ ਲੜੀ ਚ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕੀ ਸਦਨ ਵਿੱਚ ਕੱਲੂਕਾਰੇ ਦੇ 40ਵੇਂ ਸਾਲ ਤੋਂ ਅਪਤੇ ਪ੍ਰੋਗਰਾਮ ਦਾ ਯੋਜਨ ਕਰਵਾਉਣਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਅਮਰੀਕਨ ਸਿੱਖ ਕੌਕਸ ਕਮੇਟੀ ਦੀ ਕੌਮ ਵਾਸਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਤਾਈਵਾਨ ਨੂੰ 30 ਕਰੋੜ ਅਮਰੀਕੀ ਡਾਲਰ ਦੇ ਨਵੇਂ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਉਹ ਸੈਂਕੜੇ ਹਥਿਆਰਬੰਦ ਡਰੋਨ, ਮਿਜ਼ਾਈਲ, ਉਕਰਨ ਅਤੇ ਇਸ ਨਾਲ ਸੰਬੰਧਿਤ ਸਾਧੂ ਸਮਾਨ ਤਾਈਵਾਨ ਨੂੰ ਭੇਜੇਗਾ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਮੰਗਲਵਾਰ ਨੂੰ ਕੀਤਾ ਗਿਆ ਇਹ ਐਲਾਨ ਅਚਾਨਕ ਨਹੀਂ ਹੈ ਪਰ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਦੀ ਮਨਜ਼ੂਰੀ ਅਜਿਹੇ ਸਮੇਂ ਕਿ ਗਈ ਹੈ ਜਦੋਂ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਆਪਣੇ ਸਿਖਰ ਤੇ ਹੈ। ਚੀਨ ਤਾਈਵਾਨ ਨੂੰ ਆਪਣਾ ਹਿੱਸਾ ਵੰਦਾਏ ਤੇ ਕਹਿੰਦਾ ਹੈ ਕਿ ਜੇਕਰ ਤਾਇਬਾਨ ਨੂੰ ਕਾਬੂ ਕਰਨ ਦੇ ਲਈ ਤਾਕਤ ਦੀ ਵਰਤੋਂ ਕਰਨੀ ਪਏ ਤਾਂ ਵੀ ਉਹ ਇਸ ਤੋਂ ਪਿੱਛੇ ਨਹੀਂ ਹਟੇਗਾ ਅਮਰੀਕੀ ਵਿਦੇਸ਼ ਮੰਤਰਾਲੇ ਨੇ ਜਿਨ੍ਹਾਂ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ ਉਸ ਵਿੱਚ 291 LTS 60 ਮ ਪ੍ਰਣਾਲੀਆਂ ਸ਼ਾਮਲ ਨੇ ਜੋ ਕਿ ਮਨੁੱਖ ਰਹਿਤ ਹਵਾਈ ਵਾਹਨ ਜਾਂ ਡਰੋਨ ਹਨ 24 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਮੌਨਕਟਨ ਐਨਵੀ ਸਟੇਟ ਵਿੱਚ ਪੜਨ ਦੇ ਲਈ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਗੁਰਪ੍ਰਤ ਸਿੰਘ ਦੀ ਮੌਤ ਹੋ ਗਈ ਹੈ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤ 24 ਸਾਲਾ ਗੁਰਪ੍ਰਤ ਪਟਿਆਲਾ ਜ਼ਿਲ੍ਹੇ ਦੇ ਬਲਬੇੜਾ ਕਸਵੇ ਨੇੜੇ ਇੱਕ ਛੋਟੇ ਜਿਹੇ ਪਿੰਡ ਨਾਨਸੂ ਦਾ ਰਹਿਣ ਵਾਲਾ ਸੀ ਉਸ ਦੀ ਮ੍ਰਿਤਕ ਦੇ ਪੁੱਜਣ ਤੋਂ ਬਾਅਦ ਮੰਗਲਵਾਰ ਨੂੰ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਕੋਚ ਦਿਨਾਬਾਦ ਘਰ ਪਰਤਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਉਹ ਵਾਪਸ ਪਰਤਦਾ ਉਸ ਦੀ ਮੌਤ ਦੀ ਖਬਰ ਪਰਿਵਾਰ ਤੱਕ ਪਹੁੰਚ ਗਈ ਅਤੇ ਪਰਿਵਾਰ ਸਦਮੇਚ ਹੈ ਗੁਰਪ੍ਰੀਤ ਦਾ ਪਿਤਾ ਰਜਿੰਦਰ ਸਿੰਘ ਇੱਕ 에ਜੰਟ ਹੈ ਜੋ ਇਲਾਕੇ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਆਉਂਦਾ ਹੈ ਉਸਨੇ 28 ਸਾਲ ਪਹਿਲਾਂ ਆਪਣੇ ਪੁੱਤ ਗੁਰਪ੍ਰੀਤ ਸਿੰਘ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਭੇਜਿਆ ਸੀ ਗੁਰਪ੍ਰੀਤ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਵਿੱਚ ਪੀਆਰ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਦੋਸਤਾਂ ਨਾਲ ਪਾਰਟੀ ਕਰਨ ਦਾ ਫੈਸਲਾ ਕੀਤਾ ਪੀਆਰ ਮਿਲਨ ਦਾ ਜਸ਼ਨ ਮਨਾਉਣ ਦੇ ਲਈ ਗੁਰਪ੍ਰੀਤ ਅਤੇ ਉਸਦੇ ਦੋਸਤ ਇਕੱਠੇ ਪਹਾੜੀ ਇਲਾਕੇ ਚ ਗਏ ਹੋਏ ਸੀ ਇਸ ਤਰ੍ਹਾਂ ਝਰਨੇ ਚ ਨਹਾਉਂਦੇ ਸਮੇਂ ਹਾਦਸਾ ਵਾਪਰ ਗਿਆ ਜਿਸ ਵਿੱਚ ਗੁਰਪ੍ਰੀਤ ਦੀ ਮੌਕੇ ਤੇ ਮੌਤ ਹੋ ਗਈ ਵਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਾਈਡਨ ਤਿੱਬਤ ਪੋਲਿਸੀ ਬਿਲਾਰੇ ਜੋ ਵੀ ਫੈਸਲਾ ਲੈਣਗੇ ਉਹ ਅਮਰੀਕਾ ਦੇ ਵਡੇਰੇ ਹਿੱਤਾਂ ਚ ਹੋਏਗਾ ਵਾਈਟ ਹਾਊਸ ਨੇ ਟਿੱਪਣੀ ਚੀਨਦੇ ਉਸ ਬਿਆਨ ਮਗਰੋਂ ਕੀਤੀ ਹੈ ਜਿਸ ਵਿੱਚ ਉਸਨੇ ਤਿੱਬਤ ਪੋਲਿਸੀ ਨੂੰ ਬਿਲ ਨੂੰ ਕਾਨੂੰਨ ਦੀ ਸ਼ਕਲ ਦੇਣ ਦੀ ਸੂਰਤ ਵਿੱਚ ਠੋਸ ਉਪਰਾਲਿਆਂ ਦੀ ਚੇਤਾਵਨੀ ਦਿੱਤੀ ਸੀ ਅਮਰੀਕੀ ਕਾਂਗਰਸ ਨੇ ਤਿੱਬਤ ਸਰਕਾਰ ਤੇ ਇਸਦੇ ਦਰਜੇ ਸੰਬੰਧੀ جاری ਵਿਵਾਦ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ ਦਿੰਦਿਆਂ ਇਸ ਮਹੀਨੇ ਇੱਕ ਬਿਲ ਦਾ ਰਿਸੋਲਵ ਤਿੱਬਤ ਐਕਟ ਪਾਸ ਕੀਤਾ ਅਮਰੀਕਾ ਨੇ ਪੈਕਿੰਗ ਨੂੰ ਸੱਦਾ ਦਿੱਤਾ ਕਿ ਉਹ ਤਿੱਬਤ ਦੇ ਰੋਹਾਨੀ ਆਗੂ ਦলাই লামਾ ਨਾਲ ਮੋੜ ਸੰਵਾਦ ਸ਼ੁਰੂ ਕਰੇ ਉਧਰ ਚੀਨ ਨੇ ਆਪਣੀ ਪ੍ਰਭੂ ਸੱਤਾ ਸੁਰੱਖਿਆ ਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰਨ ਦਾ ਅਹਿਦ ਦੁਹਰਾਇਆ ਵਾਈਟ ਹਾਊਸ ਦੀ ਪ੍ਰੈਸ ਸਖਤਰ ਕੈਰੀਨ ਨੇ ਨਿਯਮਿਤ ਪ੍ਰੈਸ ਕਾਨਫਰੰਸ ਦੌਰਾਨ ਚੀਨ ਦੀ ਚੇਤਾਵਨੀ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਮੈਂ ਤੁਹਾਨੂੰ ਇਹੀ ਕਹਿ ਸਕਦੀ ਹਾਂ ਕਿ ਰਾਸ਼ਟਰਪਤੀ ਵਾਈਡਨ ਉਹੀ ਫੈਸਲਾ ਲੈਣਗੇ ਜੋ ਅਮਰੀਕੀ ਲੋਕਾਂ ਦੇ ਵਡੇਰੇ ਹਿੱਤ ਚੁਏਗਾ ਦਰ ਇਸ ਤੋਂ ਆਲਬਤੀਬਤ ਐਕਟ ਦੇ ਦੋ ਪੱਖੀ ਬਿੱਲ ਹੈ ਜਿਸ ਦਾ ਮੁੱਖ ਮੰਤਵ ਤਿੱਬਤ ਨੂੰ ਅਮਰੀਕੀ ਹਮਾਇਤ ਵਧਾਉਣਾ ਅਤੇ ਤਿੱਬਤ ਤੇ ਚੀਨ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੇ ਸ਼ਾਂਤੀਪੂਰਨ ਹੱਲ ਦੇ ਲਈ ਚੀਨ ਅਤੇ ਦলাই ਲਾਮਾ ਵਿਚਕਾਰ ਗੱਲਬਾਤ ਨੂੰ ਹੱਲਾਸ਼ੇਰੀ ਦੇਣਾ ਹੈ ਵਿਬਦ ਦੀ ਖੁਦਮੁਖਤਿਆਰੀ ਦੇ ਮੁੱਦੇ ਤੇ ਅਮਰੀਕਾ ਚੀਨ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਤੇਜ਼ ਹੋ ਗਈ ਹੈ ਅਮਰੀਕੀ ਕਾਂਗਰਸ ਦੇ ਇੱਕ ਬਫਤ ਨੇ 14ਵੇਂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਅਮਰੀਕੀ ਬਫਤ ਨੇ ਦਲਾਈ ਲਾਮਾ ਨੂੰ ਭਰੋਸਾ ਦਿੱਤਾ ਕਿ ਉਹ ਚੀਨ ਨੂੰ ਉਹਨਾਂ ਦੇ ਜਾਨ ਸ਼ੀਨ ਦੀ ਚੋਣ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕਰਨ ਦੇਗਾ ਬਫਡ ਵਿੱਚ ਸ਼ਾਮਲ ਅਮਰੀਕੀ ਸਦਨ ਦੀ ਸਾਬਕਾ ਸਪੀਕਰ ਡੈਂਸੀ ਪੈਲੂਸੀ ਨੇ ਇੱਕ ਸਮਾਗਮ ਦੇ ਦੌਰਾਨ ਕਿਹਾ ਚੀਨ ਤਿੱਬਤੀ ਸੱਭਿਆਚਾਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ ਜਿਸ ਲਈ ਚੀਨ ਤਿਆਰ ਰਹੇ ਬਫਡ ਦੀ ਅਗਵਾਈ ਅਮਰੀਕੀ ਸਦਨ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮਾਈਕਲ ਮਿਕਾਲ ਕਾਰ ਰਹੇ ਹੌਦਰ ਚੀਨ ਨੇ ਐਕਟ ਦਾ ਵਿਰੋਧ ਕਰਦਿਆ ਬਾਈਡਨ ਨੂੰ ਇਸਤੇ ਸਹੀ ਪਾਉਣ ਤੋਂ ਵਰਜਿਆ ਸੀਗਾ ਚੀਨੀ ਵਿਦੇਸ਼ ਮੰਤਰਾਲਾ ਦੀ ਤਰਜਮਾਨ ਲਿਨ ਜਿਆਂ ਨੇ ਮੰਗਲਵਾਰ ਨੂੰ ਪੈਕਿੰਗ ਵਿੱਚ ਪੱਤਰਕਾਰਾਂ ਨੂੰ ਕਿਹਾ ਕੋਈ ਵੀ ਤਾਕਤ ਜੋ ਸ਼ੀ ਜ਼ੈਂਗ ਨੂੰ ਅਸਥਿਰ ਜਾਂ ਚੀਨ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਉਹ ਸਫਲ ਨਹੀਂ ਹੋਏਗੀ ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਹੈ ਕਿ ਉਹ ਵਿਦੇਸ਼ ਮੰਤਰੀ ਕੋਰਟ ਐਮ ਕੈਂਪ ਬੈਲ ਨੇ ਨਵੀਂ ਦਿੱਲੀ ਵਿੱਚ ਭਾਰਤ ਵਿਦੇਸ਼ ਸਕੱਤਰ ਬਿਨੇ ਖਵਾਤਰਾ ਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨਾਲ ਮੁਲਾਕਾਤ ਕੀਤੀ ਅਤੇ ਅਮਰੀਕਾ-ਭਾਰਤ ਭਾਈਵਾਲ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਸਥਾਈ ਵਚਨਬੱਧਤਾ ਤੇ ਚਰਚਾ ਕੀਤੀ। ਉਪਸਕੱਤਰ ਕੈਂਪ ਬੇਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਐਨਡੀਏ ਸਰਕਾਰ ਨੂੰ ਚੋਣਾਂ ਵਿੱਚ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਅਤੇ ਭਾਰਤ ਦੇ ਲੋਕਾਂ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੋਕਤੰਤਰੀ ਚੋਣਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਵੀ ਵਧਾਈ ਦਿੱਤੀ। ਉਹਨਾਂ ਨੇ ਕਵਾੜ ਭਾਈਵਾਲ ਸਮੇਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਖੇਤਰੀ ਅਤੇ ਬਹੁਪੱਖੀ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਵੀ ਚਰਚਾ ਕੀਤੀ। ਉਪਸਕੱਤਰ ਅਤੇ ਵਿਦੇਸ਼ ਸਕੱਤਰ ਦੋਵਾਂ ਨੇ ਸੁਰੱਖਿਅਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਦੇ ਲਈ ਸਹਿਯੋਗ ਜਾਰੀ ਰੱਖਣ ਦਾ ਇਰਾਦਾ ਪ੍ਰਗਟਾਇਆ। ਸਟੈਂਫੋਰਡ ਯੂਨੀਵਰਸਿਟੀ ਨੇ 105 ਸਾਲਾਂ ਔਰਤ ਨੂੰ ਮਾਸਟਰ ਡਿਗਰੀ ਪ੍ਰਦਾਨ ਕੀਤੀ ਵਰਜਿਨਿਆ ਹਿਸਪੋਲ ਨਾਂ ਦੀ ਔਰਤ ਨੇ ਕਰੀਬ 83 ਸਾਲ ਬਾਅਦ ਇਹ ਡਿਗਰੀ ਹਾਸਲ ਕੀਤੀ ਇਸ ਤਰ੍ਹਾਂ ਉਸਨੇ ਕਿਹਾ ਕਿ ਮੈਂ ਸਾਲਾਂ ਤੋਂ ਪੜ੍ਹਾਈ ਕਰ ਰਹੀ ਹਾਂ ਤੇ ਮਾਸਟਰ ਦੀ ਡਿਗਰੀ ਪ੍ਰਾਪਤ ਕਰਨਾ ਮੇਰੇ ਲਈ ਬਾਣ ਵਾਲੀ ਗੱਲ ਹੈ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਦੇ ਦੌਰਾਨ ਉਹਨਾਂ ਨੇ ਆਪਣੇ ਜੀਵਨ ਸਫ਼ਰ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਉਹ 83 ਸਾਲ ਪਹਿਲਾਂ ਯੂਨੀਵਰਸਿਟੀ ਬਿਨਾਂ ਡਿਗਰੀ ਲੈ ਛੱਡ ਗਈ ਸੀ ਅਤੇ ਹੁਣ ਮੈਨੂੰ ਇਹ ਮੌਕਾ ਮਿਲ ਰਿਹਾ ਹੈ ਕਿ ਜਾਣਿਆ ਜਾਂਦਾ ਹੈ ਕਿ ਸਾਲ 1900 41 ਵਿੱਚ ਅਮਰੀਕਾ ਦੂਜੇ ਵਿਸ਼ਵ ਯੁੱਧ ਵਿੱਚ ਦਾਖਲ ਹੋਣ ਵਾਲਾ ਸੀ ਫਿਰ ਉਸਦੇ ਮੰਗੇਤਰ ਨੂੰ ਯੁੱਧ ਵਿੱਚ ਸ਼ਾਮਲ ਹੋਣ ਦੇ ਲਈ ਬੁਲਾਇਆ ਗਿਆ ਜਿਸ ਕਾਰਨ ਹਿਸਲੋਪ ਨੇ ਆਪਣਾ ਥੀਸਿਸ ਛੱਡਣ ਦਾ ਫੈਸਲਾ ਕੀਤਾ ਹਾਲਾਂਕਿ ਐਤਵਾਰ ਨੂੰ ਸਟੈਂਫੋਰਡ ਦੇ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਦੇ ਡੀਨ ਡੈਨੀਅਲ ਨੇ ਇਸਔਲਪ ਨੂੰ ਡਿਗਰੀ ਪ੍ਰਦਾਨ ਕੀਤੀ ਇਸ ਦੌਰਾਨ ਉਨ੍ਹਾਂ ਨੇ ਸਮਾਨਤਾ ਅਤੇ ਸਿੱਖਣ ਦੇ ਮੌਕੇ ਤੇ ਜ਼ੋਰ ਦਿੱਤਾ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਦੀ ਨਕੇਲ ਕੱਸਣ ਦੇ ਇਰਾਦੇ ਨਾਲ ਮਿਸਿਸਾਗਾ ਵਿੱਚ ਦਰਜਨਾ ਨਵੇਂ ਸਪੀਡ ਕੈਮਰੇ ਲਗਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਮਿਸਿਸਾਗਾ ਵਿੱਚ ਪਹਿਲੇ ਫੋਟੋ ਰਡਾਰ ਕੈਮਰੇ 5 ਜੁਲਾਈ 2021 ਨੂੰ ਸਥਾਪਿਤ ਕੀਤੇ ਗਏ ਅਤੇ ਹੌਲੀ-ਹੌਲੀ ਗਿਣਤੀ ਵੱਧਦੀ ਚਲੀ ਗਈ ਹੁਣ ਤੱਕ ਸਪੀਡ ਕੈਮਰੇਆਂ ਰਾਹੀਂ 82000 ਟਿਕਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਸਿਟੀ ਦੇ ਟ੍ਰਾਂਸਪੋਰਟੇਸ਼ਨ ਅਤੇ ਵਾਕਸ ਡਿਪਾਰਟਮੈਂਟ ਵੱਲੋਂ 18.4 ਮਿਲੀਅਨ ਡਾਲਰ ਦੀ ਲਾਗਤ ਨਾਲ ਆਟੋਮੇਟਿਡ ਸਪੀਡ ਇਨਫੋਰਸਮੈਂਟ ਪ੍ਰੋਗਰਾਮ ਦਾ ਘੇਰਾ ਵਧਾਉਣ ਦੀ ਸਿਫਾਰਿਸ਼ ਮਿਸਿਸਾਗਾ ਸਿਟੀ ਕੌਂਸਲ ਨੂੰ ਕੀਤੀ ਗਈ ਹੈ ਪ੍ਰਵਾਨਕੀ ਮਿਲਣ ਦੀ ਸੂਰਤ ਦੇ ਵਿੱਚ 2028 ਦੇ ਅੰਤ ਤੱਕ ਬੀਸਿਸਾਗਾ ਵਿਖੇ ਸਪੀਡ ਕੈਮਰਿਆਂ ਦੀ ਗਿਣਤੀ 82 ਹੋ ਜਾਏਗੀ ਗਿਣਤੀ ਵਧਾਉਣ ਦੇ ਨਾਲ ਨਾਲ ਜੁਰਮਾਨੇ ਵਸੂਲ ਕਰਨ ਦੀ ਪ੍ਰਕਿਰਿਆ ਸ਼ਹਿਰੀ ਪ੍ਰਸ਼ਾਸਨ ਅਧੀਨ ਕਰਨ ਦੇ ਸੰਕੇਤ ਵੀ ਮਿਲ ਰਹੇ ਨੇ ਜੋ ਇਸ ਵੇਲੇ ਪ੍ਰੋਵੈਂਸ਼ੀਅਲ ਅਦਾਲਤਾਂ ਰਾਹੀਂ ਹੁੰਦੀ ਹੈ ਬੀਸਿਸਾਗਾ ਦੇ ਟ੍ਰੈਫਿਕ ਸੇਵਾਵਾਂ ਬਾਰੇ ਮੈਨੇਜਰ ਕੋਲਨ ਨੇ ਕਿਹਾ ਕਿ ਪਰਵੈਂਸ਼ੀਅਲ ਅਫੈਂਸ ਐਕਟ ਦੇ ਢਾਂਚੇ ਤੋਂ ਪ੍ਰਸ਼ਾਸਕੀ ਢਾਂਚੇ ਤੇ ਆਧਾਰਿਤ ਪ੍ਰਣਾਲੀ ਵੱਲ ਆਉਣ ਨਾਲ ਦਬਾਅ ਘਟੇਗਾ ਤੇ ਭਵਿੱਖ ਵਿੱਚ ਕੰਮ ਹੋਰ ਸੁਖਾਲਾ ਹੋ ਜਾਏਗਾ। ਮਿਸਿਸਾ ਦਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਪੀਡ ਕੈਮਰਿਆਂ ਨਾਲ ਸਕੂਲ ਜ਼ੋਨ ਅਤੇ ਹੋਰ ਜ਼ਰੂਰੀ ਥਾਵਾਂ ਤੇ ਗੱਡੀਆਂ ਦੀ ਰਫ਼ਤਾਰ ਕੰਟਰੋਲ ਕਰਨ 'ਚ ਮਦਦ ਮਿਲੀ ਹੈ। ਹੁਣ ਅਜਈਆਂ ਥਾਵਾਂ ਤੇ ਪੁਲਿਸ ਮੁਲਾਜ਼ਮਾਂ ਦੀ ਤਣਾਤੀ ਲਾਜ਼ਮੀ ਨਹੀਂ ਹੈ। ਸਿਟੀ ਸਟਾਫ ਦੀ ਰਿਪੋਰਟ ਵਿੱਚ ਖੰਬਿਆਂ ਤੇ ਲੱਗਣ ਵਾਲੇ ਕੈਮਰਿਆਂ ਦਾ ਜ਼ਿਕਰ ਕੀਤਾ ਗਿਆ ਜੋ ਖਤਰਨਾਕ ਹਾਦਸਿਆਂ ਦੇ ਖਦਸ਼ੇ ਵਾਲੀਆਂ ਸੜਕਾਂ ਤੇ ਲਾਏ ਜਾ ਸਕਦੇ ਨੇ। ਪੁਲਿਸ ਨੇ ਦੱਸਿਆ ਕਿ ਸਕਾਰ ਬਰੋ ਵਿੱਚ ਰੋਡ ਰੇਜ ਦੀ ਇੱਕ ਘਟਨਾ ਦੇ ਸلسਲੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਨੂੰ ਵੀਡੀਓ ਵਿੱਚ ਕੈਦ ਕੀਤਾ ਗਿਆ ਸੀ ਤੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਸੀ ਪੁਲਿਸ ਦੇ ਮਤਲਬਕ ਐਤਵਾਰ ਨੂੰ ਸਵੇਰੇ ਲਗਭਗ 10:35 ਮਿੰਟ ਤੇ ਡੈਨਫੋਰਥ ਅਤੇ ਕੈਨੇਡੀ ਰੋਡ ਦੇ ਖੇਤਰ ਵਿੱਚ ਚਾਕੂ ਨਾਲ ਘੁੰਮ ਰਹੇ ਇੱਕ ਵਿਅਕਤੀ ਦੀ ਸੂਚਨਾ ਮਿਲੀ ਸੀ ਪੁਲਿਸ ਦਾ ਦੋਸ਼ ਹੈ ਕਿ ਦੋ ਲੋਕਾਂ ਨੂੰ ਖੇਤਰ ਵਿੱਚ ਖਤਰਨਾਕ ਤਰੀਕੇ ਵੱਲ ਗੱਡੀ ਚਲਾਉਂਦੇ ਹੋਏ ਵੇਖਿਆ ਗਿਆ ਜਦੋਂ ਇੱਕ ਹੋਰ ਚਾਲਕ ਉਹਨਾਂ ਨੂੰ ਉਹਨਾਂ ਵੱਲ ਆਉਣ ਦੇ ਲਈ ਆਪਣੇ ਵਾਹਨ ਵੱਲੋਂ ਬਾਹਰ ਨਿਕਲਿਆ ਨੇ ਕਿਹਾ ਕਿ ਦੂਜੇ ਚਾਲਕ ਨੇ ਵੀ ਆਪਣੇ ਵਾਹਨ ਵੱਲੋਂ ਬਾਹਰ ਨਿਕਲ ਕੇ ਵਿਵਾਦ ਦੌਰਾਨ ਪੀੜਤ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਕਿਹਾ ਕਿ ਸ਼ੱਕੀ ਦੇ ਵਾਹਨ ਦੇ ਯਾਤਰੀ ਨੇ ਵੀ ਪੀੜਤ ਨੂੰ ਧਮਕਾਇਆ ਘਟਨਾ ਦਾ ਔਨਲਾਈਨ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਟ੍ਰੈਫਿਕ ਦੀ ਲਾਈਵ ਲੇਨ ਵਿੱਚ ਰੁਕਦੇ ਅਤੇ ਹੱਥ ਵਿੱਚ ਚਾਕੂ ਲੈ ਕੇ ਆਪਣੇ ਵਾਹਨ ਵਿੱਚੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ ਫਿਰ ਉਹ ਵਿਅਕਤੀ ਉਸ ਵਿਅਕਤੀ ਵੱਲ ਭੱਜਦਾ ਹੋਇਆ ਦਿਖਾਈ ਦਿੰਦਾ ਜੋ ਘਟਨਾ ਦੀ ਵੀਡੀਓ ਬਣਾ ਰਿਹਾ ਹੈ ਕੈਮਰਾ ਫੜੇ ਹੋਏ ਵਿਅਕਤੀ ਨੂੰ ਪਿੱਛੇ ਹਟਦੇ ਹੋਏ ਵੇਖਿਆ ਜਾਂਦਾ ਹੈ ਜਦੋਂ ਕਿ ਚਾਲਕ ਉਹਨਾਂ ਦੇ ਵੱਲ ਬਾਰ-ਬਾਰ ਚਾਕੂ ਮਾਰਨ ਦੀਆਂ ਹਰਕਤਾਂ ਕਰਦਾ ਹੈ ਹਰਦੀਪ ਸਿੰਘ ਨਿੱਜਰ ਦੀ ਪਹਿਲੀ ਵਰ੍ਹੇ ਸਿਰ ਮੌਕੇ ਮੰਗਲਵਾਰ ਨੂੰ ਕੈਨੇਡੀਅਨ ਸੰਸਦ ਵਿੱਚ 1 ਮਿੰਟ ਦਾ ਮੌਨ ਰੱਖ ਕੇ ਦਿੱਤੀ ਸ਼ਰਧਾਂਜਲੀ ਦਿੱਤੇ ਜਾਣ ਵਗਰੋਂ ਵੈਨਕੂਵਰ ਸਥਿਤ ਭਾਰਤੀ ਕੌਂਸਲੈਟ ਜਰਨਲ ਨੇ 23 ਜੂਨ ਨੂੰ ਕੌਂਸਲ ਖਾਨ ਦੇ ਵਿੱਚ ਕਨਿਸ਼ਕ ਕਾਂਡ ਦੀ 39ਵੀਂ ਵਰ੍ਹੇ ਸਿਰ ਮਨਾਉਣ ਦਾ ਫੈਸਲਾ ਕੀਤਾ ਇਸ ਮੌਕੇ ਵੈਨਕੂਵਰ ਚ ਸਟੀਨਲੀ ਪਾਰਕ ਦੇ ਕੇਪ੍ਰੇਲ ਖੇਡ ਮੈਦਾਨ ਚ 에ਅਰ ਇੰਡੀਆ ਯਾਦਗਾਰ ਤੇ ਕਰਵਾਇਆ ਜਾਏਗਾ ਸਫਰਾਤਖਾਨੇ ਨੇ ਕਿਹਾ ਕਿ ਭਾਰਤ ਆਤਤਵਾਦ ਦੇ ਟਾਕਰੇ ਲਈ ਸਭ ਤੋਂ ਮੋਹਰੀ ਹੈ ਤੇ ਇਸ ਆਲਮੀ ਚੁਣੌਤੀ ਦੇ ਟਾਕਰੇ ਲਈ ਸਾਰੇ ਮੁਲਕਾਂ ਨਾਲ ਨੇੜਿਓਂ ਕੰਮ ਕਰ ਰਿਹਾ ਹੈ ਕੈਨੇਡਾ ਆਧਾਰਿਤ دہشت گردਾਂ ਵੱਲੋਂ 1985 ਵਿੱਚ 에어 ਇੰਡੀਆ ਦੀ ਉਡਾਣ 182 ਕਨਿਸ਼ਕ ਵਿੱਚ ਕੀਤੇ ਬੰਬ ਧਮਾਕੇ 'ਚ 86 ਬੱਚਿਆਂ ਸਣੇ 338 ਯਾਤਰੀਆਂ ਦੀ ਜਾਨ ਜਾਂਦੇ ਰਹੀ ਸੀ ਕੌਂਸਲਰ ਜਨਰਲ ਨੇ ਐਕਸ ਡਿਗ ਪੋਸਟ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਖਿਲਾਫ ਇੱਕ ਜੁਰਤਾ ਪ੍ਰਗਟਾਉਣ ਦੇ ਲਈ ਸਮਾਗਮ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਨ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋង ਉਨ੍ਹਾਂ ਨੇ ਪਿਯੋਂਗ ਸਿਖਰ ਵਾਰਤਾ ਦੌਰਾਨ ਰਣਨੀਤਿਕ ਭਾਈਵਾਲੀ ਸੰਬੰਧੀ ਸਮਝੌਤੇ ਤੇ ਦਸਤਖਤ ਕੀਤੇ ਇਸ ਤਹਿਤ ਜੋ ਦੋਵੇਂ ਮੁਲਕਾਂ 'ਚੋਂ ਕਿਸੇ ਇੱਕ ਤੇ ਕੋਈ ਹਮਲਾ ਹੁੰਦਾ ਹੈ ਤਾਂ ਦੂਜਾ ਉਸ ਦੀ ਮਦਦ ਲਈ ਅੱਗੇ ਆਏਗਾ ਇਹ ਸਮਝੌਤਾ ਉਸ ਸਮੇਂ ਹੋਇਆ ਜਦੋਂ ਪੱਛਮ ਨਾਲ ਦੋਵੇਂ ਮੁਲਕਾਂ ਦਾ ਰੇੜਕਾ ਨਾਲ ਦੋਵੇਂ ਮੁਲਕਾਂ ਦਾ ਰੇੜਕਾ ਚੱਲ ਰਿਹਾ ਹੈ ਇਹ ਸਪਸ਼ਟ ਹੋ ਨਹੀਂ ਹੋ ਸਕਿਆ ਕਿ ਸਮਝੌਤੇ ਤਹਿਤ ਕਿਹੋ ਜਿਹਾ ਸਹਿਯੋਗ ਦਿੱਤਾ ਜਾਏਗਾ ਪਰੇਸ਼ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦਾ ਨਾਮ ਦਿੱਤਾ ਗਿਆ ਹੈ ਪੁਤਿਨ ਦਾ 24 ਸਾਲਾਂ ਚ ਇਹ ਉੱਤਰੀ ਕੋਰੀਆ ਦਾ ਪਹਿਲਾ ਦੌਰ ਹੈ ਰੂਸੀ ਮੀਡੀਆ ਮੁਤਾਬਕ ਸਮਝੌਤਿਆਂ ਤੇ ਦਸਤਖਤ ਮਗਰੋਂ ਆਪਣੇ ਸੰਬੋਧਨ ਦੇ ਵਿੱਚ ਪੁਤਿਨ ਨੇ ਕਿਹਾ ਕਿ ਕਿਮ ਨਾਲ ਸੁਰੱਖਿਆ ਅਤੇ ਕਮਾਂਤਰੀ ਮੁੱਦਿਆਂ ਤੇ ਚਰਚਾ ਹੋਈ ਉਹਨਾਂ ਇਹ ਵੀ ਕਿਹਾ ਕਿ ਰੂਸ ਸਮਝੌਤੇ ਤਹਿਤ ਉੱਤਰੀ ਕੋਰੀਆ ਨਾਲ ਫੌਜੀ ਤਕਨੀਕੀ ਸਹਿਯੋਗ ਵਿਕਸਿਤ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ ਕਿੰਬਨੇ ਕਹਿਆ ਕਿ ਸਮਝੌਤਾ ਸ਼ਾਂਤਮਈ ਅਤੇ ਰੱਖਿਆਾਤਮਕ ਮિજાਜਤਾ ਹੈ ਉਹਨਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮਝੌਤਾ ਨਵੇਂ ਬਹੁਤ ਧ्रुਵੀ ਸੰਸਾਰ ਦੀ ਸਥਾਪਨਾ ਚ ਤੇਜ਼ੀ ਲਿਆਏਗਾ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਔਰਸ ਲਗਜ਼ਰੀ ਲਿਮੋਜ਼ਿਨ ਕਾਰ ਉਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਤੋਹਫੇ ਚ ਦਿੱਤੀ ਹੈ ਇਹ ਦੂਜੀ ਵਾਰ ਹੈ ਜਦੋਂ ਪੁਤਿਨ ਨੇ ਲਿਮੋਜ਼ਿਨ ਕਾਰ ਕਿਮ ਨੂੰ ਦਿੱਤੀ ਹੈ ਉਹਨਾਂ ਨੇ ਕਿਮ ਨੂੰ ਚਾਹ ਦੇ ਕੱਪ ਦਾ ਸੈੱਟ ਵੀ ਭੇਂਟ ਕੀਤਾ ਤੇ ਪੁਤਿਨ ਦੇ ਸਹਾਇਕ ਜ਼ੂਰੀ ਓਸ਼ਕਾਵ ਨੇ ਇਹ ਨਹੀਂ ਦੱਸਿਆ ਕਿ ਪੁਤਿਨ ਨੂੰ ਕਿਮ ਨੇ ਤੋਹਫੇ ਚ ਕੀ ਭੇਂਟ ਕੀਤਾ ਹੈ ਉਹਨਾਂ ਨੇ ਸਿਰਫ ਇੰਨਾ ਹੀ ਆਖਿਆ ਕਿ ਇਹ ਬਹੁਤ ਵਧੀਆ ਤੋਹਫੇ ਨੇ 이란 ਦੀ ਜੇਲ੍ਹ ਵਿੱਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਦੀ ਸਜ਼ਾ ਵਿੱਚ ਸਰਕਾਰ ਖਿਲਾਫ ਸਰਗਰਮ ਭੂਮਿਕਾ ਕਾਰਨ ਇੱਕ ਸਾਲ ਹੋਰ ਵਾਧਾ ਕੀਤਾ ਗਿਆ ਮੁਹੰਮਦੀ ਦੇ ਵਕੀਲ ਮੁਸਤਫਾ ਨੀਲੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਲ ਨੂੰ ਰਾਸ਼ ਪ੍ਰਬੰਧਨ ਖਿਲਾਫ ਕੂੜ ਪ੍ਰਚਾਰ ਕਰਨ ਦੇ ਦੋਸ਼ ਹੇਠ ਮੁਜ਼ਰਮ ਠਹਿਰਾਇਆ ਗਿਆ ਸੀ ਨੀਲੀ ਨੇ ਕਿਹਾ ਕਿ ਇਸ ਸਜ਼ਾ ਮੁਹੰਮਦੀ ਵੱਲੋਂ ਵੋਟਰਾਂ ਨੂੰ 이란 ਦੀਆਂ ਹਾਲੀਆ ਸੰਸਦੀ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦੇਣ ਯੂਰਪ ਦੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਣ ਅਤੇ ਇੱਕ ਹੋਰ 이란ੀ ਪੱਤਰਕਾਰ ਤੇ ਸਿਆਸੀ ਕਾਰਕੁਨ ਉਹ ਚੱਲੇ ਤਸ਼ੱਦਦ ਅਤੇ ਜਿੰਸੀ ਸ਼ੋਸ਼ਣ ਬਾਰੇ ਟਿੱਪਣੀਆਂ ਕਿਤੇ ਜਾਣ ਮਗਰੋਂ ਸੁਣਾਈ ਗਈ ਹੈ। ਕੁਵੈਤ ਦੇ ਅਹਿਮਦੀ ਸੁਬੇ ਵਿੱਚ ਭਿਆਨਕ ਆਗ ਲੱਗਣ ਕਾਰਨ 46 ਭਾਰਤੀਆਂ ਸਣੇ 50 ਜਣਿਆਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਭਾਰਤ ਦੇ ਤਿੰਨ ਮਿਸਰ ਦੇ ਚਾਰ ਤੇ ਕਵੈਤ ਦੇ ਇੱਕ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ 12 ਜੁਲਾਈ ਨੂੰ ਮੰਗਾਫ ਸ਼ਹਿਰ ਵਿੱਚ ਗਾਰਡ ਦੇ ਕਮਰੇ 'ਚ ਸ਼ਾਰਟ ਸਰਕਟ ਕਾਰਨ 6 ਮੰਜ਼ਲਾ ਇਮਾਰਤ 'ਚ ਭਿਆਨਕ ਅੱਗ ਲੱਗ ਗਈ ਸੀ ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਰਹਿੰਦੇ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸੀ ਅੰਗਰੇਜ਼ੀ ਭਾਸ਼ਾ ਦੇ ਰੋਜ਼ਾਨਾ ਅਖਬਾਰ ਅਰਬ ਟਾਈਮਜ਼ ਨੇ ਦੱਸਿਆ ਕਿ ਪਬਲਿਕ ਪ੍ਰੋਸੀਕਿਊਸ਼ਨ ਨੇ ਅਲ ਮੰਗਾਫ ਇਮਾਰਤ ਅਗਨੀ ਕਾਂਡ ਸੰਬੰਧੀ ਇੱਕ ਕੁਵੈਤੀ ਨਾਗਰਿਕ ਤਿੰਨ ਭਾਰਤੀ ਅਤੇ ਚਾਰ ਮਿਸਰੀ ਨਾਗਰਿਕਾਂ ਨੂੰ ਦੋ ਹਫ਼ਤਿਆਂ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ ਖਬਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਤੇ ਹੱਤਿਆ ਅਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ ਕੁਝ ਦਿਨ ਪਹਿਲਾਂ ਯਮਨ ਦੇ ਹੁੱਤੀ ਗਰੁੱਪ ਵੱਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋਇਆ ਵਪਾਰਕ ਜਹਾਜ਼ ਲਾਲ ਸਾਗਰ ਵਿੱਚ ਡੁੱਬ ਗਿਆ ਇਹ ਜਾਣਕਾਰੀ ਅੰਤਰਰਾਸ਼ਟਰੀ ਸ਼ਿਪਿੰਗ ਐਮਰਜੈਂਸੀ ਨਾਲ ਨਜਿੱਠਣ ਦੇ ਲਈ ਬ੍ਰਿਟਿਸ਼ ਜਲ ਸੈਨਾ ਦੀ ਇਕਾਈ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਸ ਨੇ ਦਿੱਤੀ ਹੈ ਯਮਨ ਸਰਕਾਰ ਦੇ ਤੱਟ ਰਖਾਕ ਅਧਿਕਾਰੀਆਂ ਨੇ ਹਮਲਿਆਂ ਤੋਂ ਤੁਰੰਤ ਬਾਅਦ ਚੀਨ ਦੀ ਸਨੂਹਾ ਨਿਊਜ਼ ਏਜੰਸੀ ਨੂੰ ਦੱਸਿਆ ਕਿ ਯੂਨਾਨ ਦੀ ਮਲਕੀਅਤ ਵਾਲੇ ਬਲਕ ਕੈਰੀਅਰ ਟਿਊਟਰ ਨੂੰ 12 ਜੂਨ ਨੂੰ ਯਮਨ ਦੇ بندرگاہ ਸ਼ਹਿਰ ਹੋਡੇਹਾਦਾ ਤੋਂ ਲਗਭਗ 68 ਸਮੁੰਦਰੀ ਮੀਲ ਦੱਖਣ ਪੱਛਮ ਵਿੱਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਹੁਤੀ ਫੌਜੀ ਬੁਲਾਰੇ ਜ਼ਈਆ ਸਾਰਿਆਂ ਨੇ ਦਾਅਵਾ ਕੀਤਾ ਹੈ ਕਿ ਗਰੁੱਪ ਨੇ ਇੱਕ ਮਨੋੱਖ ਰਹਿਤ ਕਿਸ਼ਤੀ ਕਈ ਡਰੋਨਾਂ ਅਤੇ ਮਜ਼ਾਇਲਾ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਕਾਫੀ ਨੁਕਸਾਨ ਹੋਇਆ ਤੇ ਜਹਾਜ਼ ਨੂੰ ਡੁੱਬਣ ਦੇ ਖਤਰੇ ਵਿੱਚ ਪਾ ਦਿੱਤਾ ਗਿਆ। ਸੋਮਵਾਰ ਨੂੰ ਵਰਜਨ ਆਸਟ੍ਰੇਲੀਆ ਦੀ ਫਲਾਈਟ VA148 ਨਿਊਜ਼ੀਲੈਂਡ ਦੇ ਕੁਇਨਸਟਾਊਨ ਤੋਂ ਮੈਲਬੌਰਨ ਦੇ ਲਈ ਰਵਾਨਾ ਹੋਈ। ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਬੋਇੰਗ 737800 ਜੈਟ ਦੇ ਸੱਜੇ ਇੰਜਣ ਤੋਂ ਇੱਕ ਉੱਚੀ ਆਵਾਜ਼ ਆਉਣ ਲੱਗੀ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋਈਆਂ। ਪਾਇਲਟ ਨੇ ਬਾਕੀ ਬਚੇ ਇੰਜਣ ਨਾਲ ਉਡਾਣ ਭਰੀ, ਜਿਸ ਨਾਲ ਜਹਾਜ਼ ਦੇ 73 ਯਾਤਰੀਆਂ ਤੇ ਚਾਲਕ ਦਲ ਨੂੰ ਨੇੜਲੇ ਇਨਵਰ ਕਾਰਗਲ ਹਵਾਈ ਅੱਡੇ ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਨ ਦੀ ਆਗਿਆ ਦਿੱਤੀ ਗਈ। ਵਰਜਨ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਨਾਵਾਂ ਦਾ ਨਾਟਕੀ ਮੋੜ ਸੰਭਾਵਤ ਤੌਰ ਤੇ ਪੰਛੀਆਂ ਦੇ ਹਮਲੇ ਕਾਰਨ ਸੀ ਕুইਨਸਟਾਊਨ 에ਅਰਪੋਰਟ ਨੇ ਪੰਛੀਆਂ ਦੇ ਹਮਲੇ ਦੀ ਸੰਭਾਵਨਾ ਨੂੰ ਨਕਾਰਦਿਆਂ ਕਿ ਆ ਕਿ ਉਸ ਸਮੇਂ 에ਅਰਫੀਲਡ ਵਿੱਚ ਕੋਈ ਪੰਛੀ ਨਹੀਂ ਸੀ ਹਾਲਾਂਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਕੀ ਹੋਇਆ ਪੰਛੀਆਂ ਦੇ ਹਮਲੇ ਹਵਾਈ ਜਹਾਜ਼ਾਂ ਲਈ ਇੱਕ ਆਮ ਅਤੇ ਅਸਲ ਜੋਖਮ ਨੇ ਇਸ ਨਾਲ ਜਹਾਜ਼ਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮੌਤਾਂ ਵੀ ਹੋ ਸਕਦੀਆਂ ਨੇ ਪੰਛੀਆਂ ਦੇ ਹਮਲੇ ਜਿਹੜੇ ਕਿੰਨੇ ਆਮ ਨੇ ਵਰਡਸਟ੍ਰਾਈਕ ਇੱਕ ਹਵਾਈ ਜਹਾਜ਼ ਅਤੇ ਇੱਕ ਪੰਛੀ ਵਿਚਕਾਰ ਟੱਕਰ ਹੈ ਪਹਿਲਾ ਪੰਛੀ ਜਹਾਜ਼ ਦੀ ਟੱਕਰ 1905 ਵਿੱਚ ਉਯੋ ਵਿੱਚ ਇੱਕ ਮੱਕੀ ਦੇ ਖੇਤ ਵਿੱਚ ਔਰਵਲ ਰਾਈਟ ਦੁਆਰਾ ਦਰਜ ਕੀਤੀ ਗਈ ਸੀ। ਇਹ ਸਾਰਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਾਸ਼ਟ੍ਰਿਕ ਕਾਲ